ਸਤਿ ਜੀ ਰਿਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬ ਵੈਦਰ ਤੇ ਤੁਹਾਡਾ ਸਭ ਦਾ ਸਵਾਗਤ ਹੈ ਸੋ ਮੌਸਮ ਦੀ ਅਪਡੇਟ 26 ਜੁਲਾਈ ਦੁਪਹਿਰ ਤੋਂ 4 ਵਜੇ ਤੋਂ ਬਾਅਦ ਪੰਜਾਬ ਦੇ ਮੌਸਮ ਵਿੱਚ ਕੀ ਕੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਸੋ ਉਹਦੀ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰਾਂਗੇ ਵੀ ਕਿਹੜੇ ਇਲਾਕਿਆਂ ਵਿੱਚ ਆਪਾਂ ਨੂੰ ਬੱਦਲੀ ਗਰਜ ਚਮਕ ਤੇ ਹਵਾਵਾਂ ਨਾਲ ਮੀਂਹ ਦੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਪੰਜਾਬ ਦੇ ਜਿਹੜੇ ਪੱਛਮੀ ਸਰਹੱਦੀ ਜ਼ਿਲ੍ਹੇ ਨੇ ਜਿਦੇ ਵਿੱਚ ਅੰਮ੍ਰਿਤਸਰ ਅਤੇ ਤਰਨਤਾਰਨ ਸਾਹਿਬ ਦੇ ਇਲਾਕੇ ਨੇ ਤਾਂ ਇਨ੍ਹਾਂ ਇਲਾਕਿਆਂ ਦੇ ਕਈ ਭਾਗਾਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਬੁਸ਼ਾਰਾ ਨੇ ਜਿਹੜੀਆਂ ਆਪਾਂ ਨੂੰ 4:00 ਵਜੇ ਤੋਂ ਕਰੀਬ ਦੇਖਣ ਨੂੰ ਮਿਲਣਗੀਆਂ ਮੇਨ ਤੌਰ ਤੇ ਸਰਹੱਦੀ ਇਲਾਕੇ ਇਨ੍ਹਾਂ ਜ਼ਿਲ੍ਹਿਆਂ ਦੇ ਸ਼ਾਮਲ ਹੋਣਗੇ ਜਿਸ ਦੇ ਵਿੱਚ ਅਟਾਰੀ ਬਾਰਡਰ ਹੋ ਗਿਆ ਤੇ ਉਹਦੇ ਨਾਲ ਲੱਗਦੇ ਇਲਾਕੇ ਤੇ ਇਸ ਤੋਂ ਇਲਾਵਾ ਲੂਪੂ ਕੋ ਦੇ ਮਾਮਲੇ ਇਹਦੇ ਇਲਾਕੇ ਹੋ ਸਕਦੇ ਨੇ ਖਾਸਾ ਇਸ ਤੋਂ ਇਲਾਵਾ ਸਰਾਏ ਮਾਨਤ ਖਾਨ ਤੇ ਹੋ ਸਕਦਾ ਕਿ ਤਰਨਤਾਰਨ ਦੇ ਵੀ ਕਈ ਇਲਾਕੇ ਇਹਦੇ ਵਿੱਚ ਸ਼ਾਮਲ ਹੋ ਸਕਦੇ ਨੇ ਜਿਵੇਂ ਭਿੱਖੀ ਵਿੰਡ ਤੋਂ ਲੈ ਕੇ ਪੱਟੀ ਇਸ ਤੋਂ ਇਲਾਵਾ ਮਾਨੋ ਚਹਲ ਕਲਾਂ ਇਹਨਾਂ ਸਾਰੇ ਇਲਾਕਿਆਂ ਵਿੱਚ ਆਪਾਂ ਨੂੰ ਜਿਹੜੀਆਂ ਮੀਂਹ ਦੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਦੁਪਹਿਰ ਦੇ 4 ਵਜੇ ਤੋਂ ਬਾਅਦ ਤੇ ਇੱਕ ਘੰਟੇ ਦੇ ਕਰੀਬ ਜਿਹੜੇ ਬੱਦਲੀ ਸਿਸਟਮ ਆ ਇਹਨਾਂ ਇਲਾਕਿਆਂ ਉੱਪਰ ਟਿਕੇਗਾ ਤਾਂ ਇਹਨਾਂ ਇਲਾਕੇ ਤੇ ਨਾਲ ਲੱਗਦੇ ਹੋਰ ਇਲਾਕਿਆਂ ਵਿੱਚ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਤੇ ਜਿਹੜੇ ਇਲਾਕੇ ਪਾਕਿਸਤਾਨ ਦੀ ਸਰਹੱਦ ਦੇ ਨੇੜੇ ਪੈ ਜਾਂਦੇ ਹੋ ਗਿਆ ਜੀ ਇਹਦੇ ਨਾਲ ਲੱਗਦੇ ਹੋਰ ਇਲਾਕੇ ਤਾਂ ਉਹਨਾਂ ਵਿੱਚ ਆਪਾਂ ਨੂੰ ਤੇਜ ਜਿਹੜਾ ਸ਼ਰਾਟੇਦਾਰ ਮੀਂਹ ਕੁਝ ਸਮੇਂ ਲਈ ਦੇਖਣ ਨੂੰ ਵੀ ਮਿਲ ਸਕਦਾ ਹੈ ਅਤੇ ਇਸ ਤੋਂ ਇਲਾਵਾ ਬਲਟੋਹਾ ਪੱਟੀ ਜਿਹੜੇ ਇਹ ਇਲਾਕੇ ਨੇ ਤਾਂ ਇਹ ਇਲਾਕੇ ਵੀ ਇਹ ਬੱਦਲਬਾਈ ਦੇ ਹੇਠ ਆ ਸਕਦੇ ਨੇ ਪਰ ਚਾਂਸ ਘੱਟ ਨੇ ਪਰ ਹੋ ਸਕਦਾ ਹੈ ਕਿ ਜੇਕਰ ਇਹ ਬੱਦਲ ਹੀ ਸਿਸਟਮ ਅੱਗੇ ਵੱਧਦਾ ਹੈ ਜਿਆਦਾ ਸਮਾਂ ਟਿਕਦਾ ਹੈ ਤਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਥੋੜਾ ਬਹੁਤ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਅਤੇ ਇਸ ਤੋਂ ਬਿਨਾਂ ਜਿਹੜੇ ਬਾਕੀ ਜ਼ਿਲ੍ਹੇ ਜਿਵੇਂ ਫਿਰੋਜ਼ਪੁਰ ਹੋ ਗਿਆ ਫਾਜ਼ਿਲਕਾ ਮੁਕਸਰ ਤਾਂ ਇਨ੍ਹਾਂ ਇਲਾਕਿਆਂ ਦੇ ਵੀ ਆਪਾਂ ਨੂੰ ਕੁਝ ਭਾਗਾਂ ਵਿੱਚ ਹੋ ਸਕਦਾ ਹੈ ਕਿ ਸ਼ਾਮ ਤੱਕ ਇੱਕ ਦੋ ਭਾਗਾਂ ਵਿੱਚ ਹਲਕੀਆਂ ਮੀਂਹ ਦੀਆਂ ਬੁਸ਼ਾਰਾ ਦੇਖਣ ਨੂੰ ਮਿਲ ਸਕਦੀਆਂ ਨੇ ਪਰ ਕੋਈ ਜ਼ਿਆਦਾ ਤਕੜੇ ਭਾਰੀ ਮੀਂਹ ਦੇ ਸਾਰ ਇਨ੍ਹਾਂ ਜ਼ਿਲ੍ਹਿਆਂ ਵਿੱਚ ਨਹੀਂ ਹਨ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਮੜਾ ਲਗਭਗ ਸਾਫ਼ ਰਹੂਗਾ ਪਰ ਆਪਾਂ ਨੂੰ ਅਚਾਨਕ ਬੱਦਲ ਬਣ ਯਾਨੀ ਕਿ ਇੱਕ ਘੰਟੇ ਦੇ ਵਿੱਚ ਵਿੱਚ ਹੀ ਮੌਸਮ ਪਰਵਰਤਨ ਹੋ ਕੇ ਇਹ ਤੇਜ਼ ਹਵਾਵਾਂ ਨਾਲ ਸ਼ਰਾਟੇ ਦਾ ਰਮੀ ਜਿਹੜਾ ਕੁਝ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕੇਗਾ ਤੇ ਜਿਹੜੀਆਂ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਹੋਣਗੀਆਂ ਅਚਾਨਕ ਮੌਸਮ ਬਦਲਣ ਦੀਆਂ ਤਾਂ ਉਹ ਕਈ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਆਪਾਂ ਨੂੰ ਰਾਤ ਤੱਕ ਮਿਲ ਸਕਦੀਆਂ ਨੇ ਤੇ ਬਾਕੀ ਜੋ ਆਉਣ ਵਾਲੇ ਘੰਟਿਆਂ ਵਿੱਚ ਜੇ ਕੋਈ ਹੋਰ ਅਪਡੇਟ ਆਉਂਦੀ ਆ ਤਾਂ ਉਹਦੀ ਵੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਜਿਵੇਂ ਕਿ ਇਸ ਤੋਂ ਪਹਿਲਾਂ ਕਪੂਰਥਲਾ ਤੇ ਜਲੰਧਰ ਦੇ ਵੀ ਕੁਝ ਭਾਗਾਂ ਵਿੱਚ ਬਰਸਾਤ ਲਗਭਗ 3 ਵਜੇ ਦੇ ਕਰੀਬ ਹੋ ਚੁੱਕੀ ਹੈ ਤਾਂ ਇਸੇ ਤਰ੍ਹਾਂ ਦੀਆਂ ਜਿਹੜੀਆਂ ਗਤੀਵਿਧੀਆਂ ਹੋਣਗੀਆਂ ਅਚਾਨਕ ਵਾਲੀਆਂ 1 ਘੰਟੇ ਦੇ ਵਿੱਚ ਵਿੱਚ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਤੇ ਆਉਣ ਵਾਲੇ 1-2 ਦਿਨਾਂ ਤੱਕ ਜਾਰੀ ਰਹਿਣਗੀਆਂ ਫਤਿ ਉਸ ਤੋਂ ਬਾਅਦ ਪੰਜਾਬ ਦੇ ਮੌਸਮ ਵਿੱਚ ਇੱਕ ਵੱਡਾ ਪਰਿਵਰਤਨ ਜਿਹੜਾ 29 ਜੁਲਾਈ ਦੇ ਕਰੀਬ ਆ ਸਕਦਾ ਹੈ ਜਿਸ ਨਾਲ ਪੰਜਾਬ ਦੇ ਲਗਭਗ ਜ਼ਿਆਦਾਤਰ ਕਾਫੀ ਹਿੱਸਿਆਂ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਆਰੰਭ ਹੋ ਸਕਦੀਆਂ ਨੇ ਤੇ ਉਸ ਦੀ ਜਾਣਕਾਰੀ ਆਪਾਂ ਅਗਲੀਆਂ ਵੀਡੀਓ ਵਿੱਚ ਤੁਹਾਡੇ ਨਾਲ ਫਿਰ ਸਾਂਝੀ ਕਰਦੇ ਰਹਾਂਗੇ ਸੋ ਲਗਾਤਾਰ ਮੌਸਮੀ ਅਪਡੇਟ ਲਈ ਚੈਨਲ ਪੰਜਾਬ ਵਾਦ ਨਾਲ ਬਨੇ ਰਹੋ ਧੰਨਵਾਦ ਜੀ